ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਤੇ ਅੱਜ ਬਈ ਜਿਹੜਾ ਫੁੱਲੇਆਲ ਮੇਲੇ ਦੇ ਉੱਤੇ ਜਿਹੜਾ ਸਾਣ ਪਹੁੰਚੇਗਾ ਪਿਸਟਲ, ਤਾਂ ਪਿਸਟਲ ਸਾਣ ਬਾਰੇ ਜਿਹੜੀ ਆਪਾਂ ਅੱਜ ਕਰਾਂਗੇ ਗੱਲਬਾਤ ਲੈਂਦੇ ਹਾਂ ਜਾਣਕਾਰੀ ਬਾਈ ਤੋਂ, ਹੈ ਨਾ? ਤਾਂ ਬਹੁਤ ਜ਼ਿਆਦਾ ਸੋਹਣਾ ਜਿਹੜਾ ਸਾਣ ਹੈ ਇਹ, ਤਾਂ ਬਹੁਤ ਜਿਹੜਾ ਖੁੱਲ੍ਹੇ ਜਿਹੇ ਸਰੀਰ ਦਾ ਜਿਹੜਾ ਸਾਣ ਹੈ, ਬਹੁਤ ਚੰਗਾ ਸਾਣ ਲੱਗਦਾ ਆਪਾਂ ਨੂੰ ਇਹ ਦੇਖਣ 'ਚ। ਤਾਂ ਜਿਹੜੀ ਟੇਢਾ ਜਿਹੜਾ ਕੱਟ ਹੈ, ਹੈ ਨਾ, ਧਾਰੀ, ਤਾਂ ਇਹ ਜਿਹੜੀ ਨੀਲੀ ਰਾਵੀ ਦੇ ਵਿੱਚ ਜਿਹੜੀ ਹੁਣ ਫੇਮਸ ਹੈ, ਹੈ ਨਾ, ਤਾਂ ਬਹੁਤ ਜ਼ਿਆਦਾ ਸੋਹਣੇ ਜਿਹੜੇ ਲੱਗਦੇ ਹੈਗੇ ਜਾਨਵਰ। ਤਾਂ ਜਿਹੜੀ ਟੇਢੀ ਧਾਰੀ ਦੇ ਵਿੱਚ ਜਿਹੜੇ ਬੱਚੇ ਵੀ ਆਉਂਦੇ, ਹੈ ਨਾ, ਉਹ ਵੀ ਦੇਖਣ ਨੂੰ ਆਪਾਂ ਨੂੰ ਮਿਲਦੇ, ਤਾਂ ਬਹੁਤ ਜ਼ਿਆਦਾ ਸੋਹਣੇ ਜਿਹੜੇ ਆਪਾਂ ਨੂੰ, ਹੈ ਨਾ, ਲੱਗਦੇ ਆ ਉਹ ਕਿਤੇ ਨਾ ਕਿਤੇ। ਅਤੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਨੀਲੀ ਰਾਵੀ ਦਾ ਜਿਹੜਾ ਬੁੱਲ ਹੈਗਾ। ਬਾਕੀ ਬਾਈ ਨਾਲ ਕਰਦੇ ਹਾਂ ਗੱਲਬਾਤ। ਅਤੇ ਬਾਕੀ ਪੁੱਛਦੇ ਹਾਂ ਬਾਈ ਨੂੰ। ਅਤੇ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਕਿਹੜਾ ਪਿੰਡ ਆ ਬਾਈ ਜੀ ਆਪਣਾ? ਮੇਰਾ ਜੀ ਪਿੰਡ ਹੈਗਾ ਢੰਡੀਆਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਠੀਕ ਹੈ, ਠੀਕ ਹੈ ਬਾਈ। ਅਤੇ ਆਪਣੇ ਬੁੱਲ ਦਾ ਨਾਂ ਕੀ ਹੈ ਜੀ? ਇਹਦਾ ਜੀ ਆਪਣੇ ਬੁੱਲ ਦਾ ਨਾਂ ਹੈਗਾ ਜੀ ਪੈਸਟਲ। ਠੀਕ ਹੈ ਬਾਈ। ਹਾਂਜੀ। ਅਤੇ ਇਹ ਬਾਈ ਜੀ ਜਿਹੜਾ ਬੁੱਲ ਹੈਗਾ ਨੀਲੀ ਆਵੀ ਦਾ ਸੋਡਾ, ਇਹ ਕਿੰਨਾ, ਇਹਦੀ ਕਿੰਨੀ ਏਜ ਜਿਹੜੀ ਹੋ ਗਈ ਬਾਈ ਹੁਣ? ਇਹਦੀ ਜੀ ਇਸ ਵਕਤ ਉਮਰ ਇਹਦੀ ਜੀ 11 ਤੋਂ 12 ਸਾਲ ਇਹਦੀ ਏਜ ਹੈ ਜੀ। ਹਾਂਜੀ। ਠੀਕ ਹੈ ਬਾਈ ਜੀ। ਅਤੇ ਇਹਦਾ ਫਿਰ ਸੀਮਨ ਵਗੈਰਾ ਵੀ ਤਿਆਰ ਕਰਵਾ ਰੱਖਿਆ? ਹਾਂਜੀ, ਇਹਦਾ ਸੀਮਨ ਤਿਆਰ ਆ ਜੀ, ਪਿਛਲੇ 1.5 ਸਾਲ ਤੋਂ ਇਹਦਾ ਸੀਮਨ ਤਿਆਰ ਆ, ਅਤੇ ਲੱਗ ਵੀ ਰਿਹਾ ਜੀ, ਅਤੇ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਜੀ। ਅਤੇ ਬੱਚੇ ਜਿਹੜੇ ਬਾਈ, ਜਿਵੇਂ ਇੱਕ ਗੱਲ ਇਹਦੇ ਵਿੱਚ ਦੇਖਿਆ ਨਾ ਵੀ ਟੇਢੀ ਧਾਰੀ ਜਿਹੜੀ ਫੇਮਸ ਹੈ ਹੁਣ ਅੱਜ ਕੱਲ੍ਹ, ਇਵੇਂ ਹੁਣ ਮੇਰੇ ਵਰਗੇ ਨਵੇਂ ਭਰਾ ਜਿਹੜੇ ਇਸ ਚੀਜ਼ ਦੇ ਵਿੱਚ ਆਉਂਦੇ, ਹੈ ਨਾ, ਨੀਲੀ ਰਾਈ ਦੇ ਵਿੱਚ, ਤਾਂ ਟੇਢੀ ਧਾਰੀ ਨੂੰ ਪਸੰਦ ਕਰਦੇ ਆ, ਜਿਹੜੇ ਇਹਦੇ ਬੱਚੇ ਆਉਂਦੇ ਉਹ ਵੀ ਇਸ ਲੋੜ ਤੇ ਆਉਂਦੇ ਜਾਂ ਕੋਈ ਹੋਰ ਮਾਰਕ? ਦੇਖੋ ਜੀ, ਮੈਂ ਕਹਿ ਰਿਹਾ ਹਾਂਜੀ, ਇਹਦੇ ਸਾਰੇ ਬੱਚੇ ਟੇਢੀ ਧਾਰੀ ਵਾਲੇ ਹੀ ਆਉਂਦੇ। ਨਹੀਂ ਜੀ, ਬੱਚੇ ਜੀ ਕੁਛ ਮਾਂ ਪੱਖ ਨੂੰ ਵੀ ਜਾਂਦੇ ਆ, ਪਿਓ ਪੱਖ ਨੂੰ ਵੀ ਆਉਂਦੇ ਆ, ਦੋਵਾਂ ਦੇ ਮਿਕਸਚਰ ਦੇ ਨਾਲ ਦੋਨਾਂ ਨੂੰ ਮਿਕਸ ਹੋ ਕੇ ਵੀ ਆਉਂਦੇ ਆ, ਸਾਰਾ ਕੁਛ ਹੀ ਆਉਂਦਾ। ਟੇਢੀ ਧਾਰੀ ਵਾਲੇ ਵੀ ਆਉਂਦੇ, ਮੁੱਛਾਂ ਬੱਗੀਆਂ, ਫੇਸ ਸਿੱਧੇ ਬੱਗੇ, ਸਾਰਾ ਕੁਛ ਹੀ ਰਲਾ ਮਿਲਾ ਕੇ ਆਉਂਦਾ। ਠੀਕ ਹੈ, ਠੀਕ ਹੈ ਬਾਈ ਜੀ। ਤੇ ਇਹ ਬੁੱਲ ਦੀ ਜਿਹੜੀ ਮਾਂ ਦਾ ਕੀ ਰਿਕਾਰਡ ਰਿਹਾ ਬਾਈ? ਇਹਦੀ ਜੀ ਮਾਂ ਦਾ 21 ਕਿਲੋ 300 ਗ੍ਰਾਮ ਦੁੱਧ ਇਹਦੀ ਮਾਂ ਦਾ ਰਿਕਾਰਡ ਆ ਜੀ। 22.5 ਕਿਲੋ ਦੁੱਧ ਇਹਦੀ ਭੈਣ ਦਾ ਫਿਰੋਜ਼ਪੁਰ ਛਾਉਣੀ ਦਾ ਰਿਕਾਰਡ ਆ ਜੀ। ਠੀਕ ਹੈ ਜੀ। ਹਾਂਜੀ। ਤੇ ਇਹਦੀਆਂ ਬਾਈ ਕੱਟੀਆਂ ਹਜੇ ਤੱਕ ਦੁੱਧ ਤੇ ਨਹੀਂ ਆਈਆਂ? ਫਿਰ ਇਹਦੀਆਂ ਜੀ ਝੋਟੀਆਂ ਦੁੱਧ ਤੇ ਆਈਆਂ ਵਾਂਗੀਆਂ, ਇਹਦੀਆਂ ਪਹਿਲਾਂ ਝੋਟੀਆਂ 14 ਤੋਂ ਬਾਹਰ ਆ। ਠੀਕ ਆ ਜੀ। ਤੇ ਇੱਕ ਇਹਦੀ ਝੋਟੀ ਦੂਜੇ ਸੂਏ 16-17 ਕਿਲੋ ਦੁੱਧ ਤੇ ਐਤਕੀ ਰਹੀ ਆ ਜੀ। ਤੇ ਅਗਲੇ ਸਾਲ ਮਹਾਰਾਜ ਨੇ ਸਵਾਪ ਬਣਾਇਆ ਤੇ ਆਪਾਂ ਜ਼ਰੂਰ ਉਹਦੀ ਲਾਈਵ ਚੁਆਈ ਵੀ ਕਰਾਂਗੇ। ਠੀਕ ਹੈ ਬਾਈ ਜੀ। ਤੇ ਇਹ ਆਪਣੇ ਫਾਰਮ ਤੇ ਆ ਬਾਈ ਕੱਟੀਆਂ ਇਹਦੀਆਂ ਕਿ ਜਾਂ ਹੋਰ ਵੀ ਕਿਤੇ? ਨਹੀਂ ਜੀ, ਇਹਦੀਆਂ ਆਪਣੇ ਫਾਰਮ ਤੇ ਜੀ, ਇਹਦੀ ਇੱਕੋ ਹੀ ਕੱਟੀ ਆ ਜੀ ਆਪਣੇ ਕੋਲੇ। ਠੀਕ ਆ ਜੀ। ਮੈਨੂੰ ਇਹਨੂੰ 1.5 ਸਾਲ ਹੋਇਆ ਜੀ ਲਏ ਨੂੰ, ਤੇ ਇਹ ਸੁਣਨ ਵਾਲਿਆਂ ਦੇ ਘਰ ਦਾ ਜੰਮਿਆ ਵਾ, ਲੰਡੇ ਦਾ ਪੁੱਤ, ਤੇ ਸੁਣਨ ਵਾਲਿਆਂ ਕੋਲੋਂ ਚਲਿਆ ਗਿਆ ਸੀ ਜੀ ਮੱਲਾਂ ਵਾਲੇ ਏਰੀਏ 'ਚ, ਬਾਈ ਰੱਤੋਕਿਆਂ ਕੋਲੇ, ਬਾਈ ਦਾ ਨਾਂ ਜੱਗਾ ਰੱਤੋਕੇ, ਉਹਨਾਂ ਕੋਲੇ ਚਲਿਆ ਗਿਆ ਸੀਗਾ, ਉਹਨਾਂ ਕੋਲੇ ਰਿਹਾ, ਤੇ ਉਹਨਾਂ ਕੋਲੇ ਝੋਟੀਆਂ ਇਹਨਾਂ ਦੀਆਂ ਹੈਗੀਆਂ, ਤੇ ਉਸ ਤੋਂ ਬਾਅਦ 'ਚ ਉੱਥੋਂ ਚਲਿਆ ਗਿਆ ਗੁਜਰਾਂ ਕੋਲੇ ਨਕੋਦਰ, ਤੇ ਗੁਜਰਾਂ ਕੋਲੇ ਵੀ ਇਹਦੀਆਂ ਝੋਟੀਆਂ ਹੈਗੀਆਂ ਜੀ। ਜਿਹੜੀਆਂ ਬਾਈ ਹੁਣਾਂ ਕੋਲੇ ਰੱਤੋਕੇ ਝੋਟੀਆਂ, ਉਹ ਝੋਟੀਆਂ ਦਾ ਆਪਾਂ ਜਿੰਨੀਆਂ ਵੀ ਦੇਖੀਆਂ ਸਾਰੀਆਂ ਚੰਗੀਆਂ ਦੇਖ। ਠੀਕ ਹੈ ਜੀ। ਇਹਦੇ ਬਾਪ ਬਾਰੇ ਕੋਈ ਇਹਦੀ ਜਿਹੜੀ ਜਾਣਕਾਰੀ ਤੁਸੀਂ ਦੇਣਾ ਜੀ? ਇਹਦਾ ਜਿਹੜਾ ਬਾਪ ਆ ਜੀ, ਉਹ ਲੰਡਾ ਮਾਲੜੀ ਸਾਹਿਬ ਵਾਲਾ ਕਹਿ ਦਿੰਦੇ ਆ ਜੀ, ਤੇ ਸੂਰਜ ਦਾ ਪੁੱਤ ਸੀਗਾ, ਇਹ ਸੂਰਜ ਦਾ ਪੁੱਤ ਆ ਬਾਈ ਪੱਪੂ ਸੰਧੂ ਵਾਲੇ ਦਾ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਇਹ ਬਾਈ ਕਿਸੇ ਕੰਪੀਟੀਸ਼ਨ ਚ ਵੀ ਪਾਇਆ ਤੁਸੀਂ? ਬਿਊਟੀ ਕੰਪੀਟੀਸ਼ਨ ਨਹੀਂ ਜੀ, ਇਹ ਜਦੋਂ 2 ਦੰਦ ਸੀਗਾ ਉਦੋਂ ਕੰਪੀਟੀਸ਼ਨ ਚ ਪਾਇਆ ਸੀਗਾ, ਤੇ ਉਸ ਤੋਂ ਬਾਅਦ ਜੇ ਕਿਸੇ ਕੰਪੀਟੀਸ਼ਨ ਚ ਨਹੀਂ ਲੱਗਿਆ, ਤੇ ਬਸ ਪ੍ਰਦਰਸ਼ਨੀ ਦੇ ਤੌਰ ਤੇ ਮੇਲਿਆਂ ਦੇ ਵਿੱਚ ਜੀ, ਹੁਣ ਉਹ ਵੀ ਮੈਂ ਲੈ ਕੇ ਜਾਣ ਲੱਗਾ ਜੀ। ਠੀਕ ਹੈ ਜੀ, ਠੀਕ ਹੈ। ਤੇ ਇਹਦੇ ਜਿਹੜੇ ਬੱਚੇ ਵਗੈਰਾ ਜੀ ਆਪਣੇ ਜਿਹੜੇ ਫਾਰਮ ਤੇ ਆਉਂਦੇ ਆ ਬਾਈ, ਉਹ ਸੇਲ ਵਗੈਰਾ ਵੀ ਕਰ ਦਿੰਦੇ ਹੋ ਜਾਂ ਨਹੀਂ ਰੱਖਦੇ ਆਪ? ਦੇਖੋ ਜੀ, ਆਏ ਆ ਵੀ ਬੱਚਾ ਜੀ ਜਿਹੜਾ ਕੋਈ ਹੁੰਦਾ, ਤੇ ਉਹ ਪਹਿਲਾਂ ਹੀ ਭਰਾ ਇੰਨਾ ਪਿਆਰ ਕਰਦੇ, ਉਹ ਪਹਿਲਾਂ ਹੀ ਰੋਕ ਲੈਂਦੇ ਆ। ਠੀਕ ਆ ਜੀ। ਇਸ ਕਰਕੇ ਤੇ ਵੀ ਉਹ ਛੋਟੇ ਛੋਟੇ ਸੇਲ ਹੋ ਜਾਂਦੇ ਆ ਜੀ। ਬਿਲਕੁਲ ਬਿਲਕੁਲ ਬਾਈ। ਤੇ ਇੱਕ ਬਾਈ ਜੀ ਆਪਣਾ ਇਹ ਦੱਸੋ ਵੀ ਜਿਵੇਂ ਹੁਣ ਨੀਲੀ ਰਾਵੀ ਦੀ ਕੀ ਪਿਓਰਟੀ ਆ, ਆਪਾਂ ਕਿਹੜੀਆਂ ਚੀਜ਼ਾਂ ਇਸ 'ਚ ਦੇਖ ਸਕਦੇ ਹਾਂ, ਹੈ ਨਾ, ਵੀ ਮਾਰਕਿੰਗ ਜ਼ਰੂਰੀ ਹੈ ਜਾਂ ਕੋਈ ਇਹਦਾ ਜਿਹੜਾ ਕਰੈਕਟਰ ਹੈ ਉਹ ਕੀ ਦੇਖਣੇ ਚਾਹੀਦੇ? ਦੇਖੋ ਜੀ, ਨੀਲੀ ਰਾਵੀ ਦੇ ਵਿੱਚ ਹੁਣ ਤਾਂ ਜੀ ਸਮਾਂ ਇਹੋ ਜਿਹਾ ਕਿ ਲੋਕੀ ਟੇਢੀ ਧਾਰੀ ਹੋਵੇ, ਚਾਰੇ ਪੈਰ ਹੋਣ, ਤੇ ਲੋਕੀ ਪਸੰਦ ਕਰਦੇ ਆ ਜੀ ਨੀਲੀ ਰਾਵੀ। ਠੀਕ ਆ ਜੀ। ਅਸਲ ਨੀਲੀ ਰਾਵੀ ਦਾ ਜਿਵੇਂ ਜੀ ਤੁਸੀਂ ਦੇਖ ਲਓ, ਲੱਤ ਛੋਟੀ ਛੋਟੀ, ਨਿੱਕੀ ਗੋਡੀ ਕਹਿ ਦਿੰਦੇ ਸੀਗੇ ਆਮ ਆਪਣੇ ਬਜ਼ੁਰਗ, ਕਹਿੰਦੇ ਵੀ ਨਿੱਕੀ ਗੋਡੀ, ਛੋਟੀ ਗੋਡੀ ਹੋਵੇ, ਪੇਟ ਵੱਡਾ ਹੋਵੇ, ਵੱਡਾ ਪੇਟ, ਦਰਮਿਆਨੇ ਕੱਦ। ਠੀਕ ਆ ਜੀ। ਇਹ ਨੀਲੀ ਰਾਵੀ ਆ, ਅੱਖਾਂ ਇਹਨਾਂ ਦੀਆਂ ਚਿੱਟੀਆਂ, ਲੰਮਾ ਸਮਾਂ ਦੁੱਧ ਦੇਣ ਵਾਲੀਆਂ ਮੱਝਾਂ, ਠੰਡੇ ਜਾਨਵਰ ਵੀ ਇਹ, ਮੋਹਰਾਂ ਦੇ ਮੁਕਾਬਲੇ ਮੱਝਾਂ ਠੰਡੀਆਂ।
मुकाबले ब्रीड ठंडी आ लम्मा समा दुध दिंदी आ जेड़ी सही आ मेरा जी कॉन्टैक्ट नंबर है 9781104883। जे कोई भी वीर सीमन पंजाब दे विच कितो भी लेना जा पहला तो अपने डाक्टर नूं पुछे जे उहनूं नहीं मिलदा फिर उह मैनूं फोन लावे ते मैं आप उहनूं नंबर दे दूं सप्लायर दा नंबर सीधा दे दूंगा ते उह आप कितो भी सीमन लै सकदे आ। ठीक है ठीक है। ते भाई जिहड़े नीली दा वी जिहड़े नवें भरा रखणी चाहुंदे आ उहनां नूं की सुनेहा देणा चाहुंदे हो? जी मैं सुनेहा इही दे के देणा चाहुंदा भी तुसीं ज्यादा पैसे हुण क्योंकि जी हुण क्रेज जेब दा चलिया लोकी पासों फड़ फड़ के जी रंग देख देख के नीली रावी कह कह के लोगों तो पैसे ठग रहे हैं भी हाँ जी आ नीली रावी आ ते बहुत महंगे महंगे पशु लै रहे हैं। तुसी आप घरे तैयार करो एक मझ लै लो नहीं मझ मिलती कट्टी लै लो हिसाब के पैसे लैके उत्ते आप कम करो। ठीक है जी। तो उहदे नाल अपना प्यार भी हुंदा जिहड़ा पशु आप तैयार किया मेहनत भी लगी हुंदी है तो वह आपां नूं पता हुंदा भी अपना इत्थे मेहनत लगी है आपां उत्ते ध्यान दिंदे आ तो इस करके जी बाला महंगा पशु ना लो नॉर्मल पशु लैके उस तो तैयार करो। ਬਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਧੰਨਵਾਦ ਬਾਈ ਤੁਹਾਡਾ। ਠੀਕ ਆ ਜੀ ਓਕੇ ਠੀਕ ਹੈ ਤੇ ਇੱਕ ਵਾਰੀ ਬਾਈ ਤੁਹਾਨੂੰ ਬੁੱਲ ਫਿਰ ਦਿਖਾ ਦਿੰਦੇ ਹਾਂ ਟੇਢੀ ਧਾਰੀ ਦਾ ਜਿਹੜਾ ਬੁੱਲ ਹੈ ਬਹੁਤ ਜ਼ਿਆਦਾ ਸੋਹਣਾ ਪਿਸਟਲ ਬੁੱਲ ਹੈ ਜਿਹੜਾ। ਠੀਕ ਹੈ ਤੇ ਬਹੁਤ ਫੇਮਸ ਬੁੱਲ ਹੈ ਲਗਭਗ ਹਰੇਕ ਮੇਲੇ ਦੇ ਵਿੱਚ ਜਿਹੜਾ ਆਪਾਂ ਨੂੰ ਦੇਖਣ ਨੂੰ ਇਹ ਬੁੱਲ ਮਿਲਦਾ ਹੈਗਾ। ਠੀਕ ਹੈ ਚੰਗਾ ਇੱਕ ਮਾਰਕਿੰਗ ਵਗੈਰਾ ਸੋਹਣੀ ਹੁੰਦੀ। ਠੀਕ ਹੈ ਬਾਕੀ ਬਾਈ ਨੇ ਬਹੁਤ ਵਧੀਆ ਸੋਹਣੀ ਜਾਣਕਾਰੀ ਜਿਹੜੀ ਦਿੱਤੀ ਹੈ ਤਾਂ ਅੱਗੇ ਜਿਹੜੇ ਬੱਚੇ ਜਿਹੜੇ ਆਪਾਂ ਇਸ ਬੁੱਲ ਤੋਂ ਵੀ ਲੈ ਸਕਦੇ ਹਾਂ ਕਿਉਂਕਿ ਇਹ ਬੁੱਲ ਦਾ ਜਿਹੜਾ ਸੀਮਣਾ ਉਹ ਮਾਰਕੀਟ ਦੇ ਵਿੱਚ ਜਿਹੜਾ ਮਿਲਦਾ ਹੈਗਾ ਆਪਾਂ ਨੂੰ ਤਾਂ ਬਾਈ। ਬਾਕੀ ਜਿਹੜੀ ਗਾਜਰਾਂ ਵਗੈਰਾ ਜਿਹੜਾ ਆਪਾਂ ਰੱਖਦੇ ਹਾਂ ਹੈ ਨਾ ਮਤਲਬ ਇਹ ਇੱਕ ਖੁਰਾਕ ਦਾ ਜਿਹੜਾ ਹਿੱਸਾ ਹੈ ਬਾਈ। ਠੀਕ ਹੈ ਤਾਂ ਇਹ ਸਮਾਂ ਦੀ ਇਹ ਚੀਜ਼ਾਂ ਜਿਹੜੀਆਂ ਮਹਿੰਗੀਆਂ ਨਹੀਂ ਪੈਂਦੀਆਂ ਪਰ ਇਹ ਐਨਰਜੀ ਬਹੁਤ ਦਿੰਦੀਆਂ ਬਾਈ ਜਾਨਵਰ ਨੂੰ ਇੱਕ ਤਰ੍ਹਾਂ ਦੀ। ਠੀਕ ਹੈ ਮਿਹਨਤ ਬਾਈਆਂ ਨੇ ਕਰੀ ਹੋਈ ਆ। ਠੀਕ ਹੈ ਬਾਕੀ ਸੀਮਣ ਜੇ ਕੋਈ ਭਰਾ ਲੈਣਾ ਚਾਹੁੰਦਾ ਹੈ ਨਾ ਤਾਂ ਬਾਈਆਂ ਨਾਲ ਸੰਪਰਕ ਕਰ ਲਿਓ ਕਿਉਂਕਿ ਓਰੀਜਨਲ ਸੀਮਣ ਜਿਹੜਾ ਆਪਾਂ ਨੂੰ ਜੇ ਆਪਾਂ ਲਾਵਾਂਗੇ ਤਾਂ ਅਸੀਂ ਆਪਣੀ ਜਿਹੜੀ ਬਰੀਡ ਹੈ ਅੱਗੇ ਤਾਂ ਉਹਨੂੰ ਆਪਾਂ ਵਧਾ ਸਕਦੇ ਹਾਂ ਨਾ। ਠੀਕ ਹੈ ਅਤੇ ਬਾਕੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਬੁੱਲ ਮੈਨੂੰ ਲੱਗਿਆ ਇਹ ਤਾਂ ਧੰਨਵਾਦ ਬਾਈ ਸਾਰੇ ਭਰਾਵਾਂ ਦਾ। ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।